ਸਤਿ ਸ਼੍ਰੀ ਅਕਾਲ ਜੀ, ਮੈਂ ਪ੍ਰਦੀਪ ਧੀਮਾਨ ਤੇ ਤੁਸੀਂ ਦੇਖ ਰਹੇ ਹੋ ਵੌਇਸ ਆਫ ਪੰਜਾਬ ਟੀਵੀ। ਅੱਜ ਪੰਜਾਬ ਦੀਆਂ ਉੱਗੀਆਂ ਸ਼ਖਸੀਅਤਾਂ ਪੰਜਾਬੀ ਨੇ ਜੋ ਅੱਜ ਪੰਜਾਬ ਸੂਬੇ ਦੇ ਲਈ ਫਿਕਰਮੰਦ ਲੋਕ ਨੇ, ਉਹਨਾਂ ਵੱਲੋਂ ਜੂਝਦਾ ਪੰਜਾਬ ਸ਼ੁਰੂ ਕੀਤਾ ਗਿਆ ਹੈ। ਜੂਝਦਾ ਪੰਜਾਬ ਦੇ ਮੈਂਬਰ ਨੇ ਡਾਕਟਰ ਸ਼ਿਆਮ ਸੁੰਦਰ ਦੀਪਤੀ ਜੀ। ਅੱਜ ਇੱਕ ਮੰਚ 'ਤੇ ਇੰਨੀਆਂ ਸਾਰੀਆਂ ਸ਼ਖਸੀਅਤਾਂ, ਇੰਨੇ ਸਾਰੇ ਵਿਦਵਾਨ ਇਕੱਠੇ ਹੋਏ, ਉਹਨਾਂ ਵੱਲੋਂ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ, ਤਾਂ ਡਾਕਟਰ ਸਾਹਿਬ ਤੋਂ ਪੁੱਛਦੇ ਹਾਂ। ਡਾਕਟਰ ਸਾਹਿਬ, ਵਿਜ਼ਨ ਤੁਸੀਂ ਸਭ ਨੂੰ ਕਲੀਅਰ ਕੀਤਾ, ਹਾਂਜੀ ਹਾਂਜੀ, ਪਰ ਵੱਖ ਵੱਖ ਪਰਸਨੈਲਿਟੀਜ਼, ਵੱਖ ਵੱਖ ਤਬਕੇ, ਵੱਖ ਵੱਖ ਵਿਚਾਰਧਾਰਾਵਾਂ ਦਾ ਇੱਕ ਮੰਚ 'ਤੇ ਇਕੱਠੇ ਹੋਣਾ ਸੰਭਵ ਕਿਵੇਂ? ਨਹੀਂ, ਸੰਭਵ ਇਸ ਤਰ੍ਹਾਂ ਹੁੰਦਾ ਕਿ ਦੇਖੋ, ਮੈਂ ਆਪਣੀ ਗੱਲ ਕਰਾਂ ਕਿ ਮੈਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਦੋਂ ਅਖਬਾਰਾਂ 'ਚ ਲਿਖਦਾ ਸੀਗਾ ਤਾਂ ਮੈਨੂੰ ਕੋਈ ਫੋਨ ਆਉਣੇ ਵੀ ਤੁਸੀਂ ਹੋਰ ਬੜੇ ਜੋ ਲੋਕ ਨੇ ਅਲੱਗ ਅਲੱਗ ਮੁੱਦਿਆਂ 'ਤੇ ਲਿਖ ਰਹੇ ਨੇ, ਤੁਹਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਅਤੇ ਤੁਹਾਡੇ ਇਕੱਠੇ ਹੋ ਕੇ ਅਤੇ ਤੁਸੀਂ ਮਤਲਬ ਇੱਕ ਮੰਚ ਬਣਾਓ। ਚਲੋ, ਕਦੇ ਸੰਭਵ ਨਹੀਂ ਹੋਇਆ, ਪਰ ਆਪਾਂ ਜੇ ਦੇਖੀਏ ਵੀ ਇੱਕ ਜਿਹੜਾ ਕਿਸਾਨੀ ਹੈਗੀ ਹੈ, ਇੱਕ ਮਤਲਬ ਕਿ ਜਿਹੜੀ ਆ ਬਣਿਆ ਮਿਲ ਰਿਹਾ ਸਾਰੇ ਲੋਕਾਂ ਨੂੰ ਇਕੱਠੇ ਹੁੰਦਾ, ਕਿਉਂਕਿ ਉਹ ਇੱਕ ਸੀਗਾ ਅੰਦੋਲਨ, ਭਾਵੇਂ ਕਿਸਾਨਾਂ ਨੇ ਸ਼ੁਰੂ ਕੀਤਾ ਸੀਗਾ, ਪਰ ਸੋਰੀ, ਹੌਲੀ ਹੌਲੀ ਉੱਥੇ ਸਿਰਫ ਕਿਸਾਨ ਹੀ ਨਹੀਂ ਗਏ, ਆਮ ਲੋਕ ਵੀ ਗਏ, ਆੜਤੀਏ ਗਏ, ਫਿਰ ਅਧਿਆਪਕ ਗਏ, ਆਂਗਨਵਾੜੀ ਵਰਕਰ ਗਏ, ਸਿਹਤ ਡਿਪਾਰਟਮੈਂਟ ਤੋਂ ਬੰਦੇ ਗਏ, ਉਹ ਸਾਰੇ ਬੰਦੇ ਉੱਥੇ ਗਏ। ਅਤੇ ਉਹ ਜਦੋਂ ਸਾਰੇ ਬੰਦੇ ਉੱਥੇ ਗਏ ਤਾਂ ਉਹ ਕਿਤੇ ਉੱਥੇ ਸਮਝੀ ਨਾਲੇ ਕੁਛ ਥੋੜ੍ਹਾ ਸਮਾਂ ਨਹੀਂ ਚੱਲਿਆ, ਇੱਕ ਸਾਲ ਬੜਾ ਲੰਬਾ ਸਮਾਂ ਹੁੰਦਾ, ਤਾਂ ਉਹ ਸਾਰੇ ਲੋਕ ਉੱਥੇ ਗਏ ਅਤੇ ਉੱਥੇ ਮੰਚ 'ਤੇ ਸਾਰਿਆਂ ਨੂੰ ਸਮਾਂ ਵੀ ਮਿਲਿਆ, ਸਾਰੇ ਬੋਲੇ ਵੀ, ਤਾਂ ਉੱਥੋਂ ਦੀ ਇੱਕ ਸਾਂਝ ਬਣਨੀ ਸ਼ੁਰੂ ਹੋਈ। ਉੱਥੋਂ ਜਦੋਂ ਪਤਾ ਲੱਗਿਆ ਵੀ ਅੱਜ ਇਹ ਗਿਆ ਹੈਗਾ, ਫਿਰ ਤੁਸੀਂ ਉਹਨਾਂ ਨਾਲ ਗੱਲ ਕੀਤੀ ਜਾਂ ਉਹਨੇ ਤੁਹਾਡੇ ਨਾਲ ਗੱਲ ਕੀਤੀ ਵੀ ਆਹ ਤੁਸੀਂ ਉੱਥੇ ਗਏ, ਬੜੀ ਵਧੀਆ ਗੱਲ ਕੀਤੀ, ਤੁਹਾਨੂੰ ਜਾਣਾ ਬਣਦਾ ਹੈਗਾ, ਜਾਂ ਲੋਕਾਂ ਨੂੰ ਮੋਟੀਵੇਟ ਕੀਤਾ ਗਿਆ, ਇਸ ਤਰ੍ਹਾਂ ਇੱਕ ਸਬੱਬ ਬਣਿਆ। ਫਿਰ ਹੌਲੀ ਹੌਲੀ ਮਤਲਬ ਕਿ ਪਿਛਲੇ 2 ਸਾਲ ਕਰੋਨਾ ਸੀਗਾ, ਫਿਰ ਮਤਲਬ ਕਿ ਆ ਖੇਤੀ ਕਾਨੂੰਨਾਂ ਦੇ ਕਰਕੇ ਕਿਸਾਨ ਸੀਗੇ, ਅਤੇ ਹੌਲੀ ਹੌਲੀ ਇਹ ਪੰਜਾਬ ਉੱਭਰ ਰਿਹਾ ਸੀਗਾ, ਪੰਜਾਬ ਦੀਆਂ ਸਮੱਸਿਆਵਾਂ ਉੱਭਰ ਰਹੀਆਂ ਸੀਗੀਆਂ। ਤਾਂ ਜੇ ਆਪਾਂ ਦੇਖੀ 5 ਸਾਲਾਂ ਦੇ ਵਿੱਚ, ਮੈਂ ਇਹਨੂੰ ਕਹਿੰਦਾ ਵੀ ਪੰਜਾਬ ਜਿੱਥੇ ਇੱਕ ਨਿਰਾਸ਼ ਸੀਗਾ, ਨਾ ਯੂਥ ਸੀਗਾ ਚਾਹੇ ਔਰਤਾਂ ਸੀਗੀਆਂ ਚਾਹੇ ਕੋਈ ਵੀ ਵਰਗ ਸੀਗਾ, ਉਹ ਇੰਨਾ ਨਿਰਾਸ਼ ਸੀਗਾ ਵੀ ਜੇ ਛੋਟੀ ਮੋਟੀਆਂ ਮਤਲਬ ਕਿ ਗੇਟ ਮੀਟਿੰਗਾਂ ਕਰਦੇ ਸੀਗੇ ਆਪਣੀਆਂ ਮੰਗਾਂ ਦੇ ਵਾਸਤੇ, ਬਟਕਾ ਚੋਣ 'ਤੇ ਆ ਕੇ ਬੈਠਦੇ ਸੀਗੇ ਅਤੇ ਉਹਨਾਂ ਦੀ ਗੱਲ ਸੁਣੀ ਨਹੀਂ ਸੀ ਜਾਂਦੀ, ਅਤੇ ਉਹਨਾਂ ਨਾਰਾਜ਼ ਸੀਗਾ ਵੀ ਉਸ ਤਰ੍ਹਾਂ ਹੀ ਮਤਲਬ ਕਿ ਜਿਹੜਾ ਸਾਡਾ ਰਾਜਨੀਤਿਕ ਧਿਰ ਹੈਗਾ ਉਹ ਵੀ ਇੰਨਾ ਮਤਲਬ ਕਿ ਉਦਾਸੀਨ ਸੀਗਾ ਵੀ ਉਹਨਾਂ ਦੇ ਕੋਲ ਜਾਂਦੇ ਸੀਗੇ ਅਤੇ ਉਹ ਉਹਨਾਂ ਦੀ ਗੱਲ ਸੁਣਨ ਨੂੰ ਕੋਈ ਤਿਆਰ ਨਹੀਂ ਸੀਗਾ। ਇਸ ਮਤਲਬ ਕਿ ਅੰਦੋਲਨ ਨੇ ਮਤਲਬ ਕਿ ਇਹ ਨਹੀਂ ਕਿ ਸ਼ੁਰੂਆਤ ਦੇ ਵਿੱਚ ਉਹ ਇਕੱਠੇ ਹੋਏ, ਹੌਲੀ ਹੌਲੀ ਲੋਕ ਗਏ ਅਤੇ ਉਹਨਾਂ ਦੀ ਹਿੰਮਤ ਦੇਖੀ ਵੀ ਮਤਲਬ ਕਿ ਜਿੱਤਾਂਗੇ, ਜ਼ਰੂਰ ਜਿੱਤਾਂਗੇ, ਲੜਾਂਗੇ ਤਾਂ ਜਿੱਤਾਂਗੇ, ਉਹ ਇੱਕ ਜਜ਼ਬਾ ਉੱਥੇ ਉਹ ਬੈਠੇ ਹੋਏ ਆ, ਬੜੇ ਸ਼ਾਂਤੀ ਨਾਲ ਬੈਠੇ ਹੋਏ ਆ ਅਤੇ ਨਿਸ਼ਚੈ ਕਰ ਆਪਣੀ ਜੀਤ ਕਰੂੰ ਦੀ ਧਾਰਨਾ ਲੈ ਕੇ ਬੈਠੇ ਹੋਏ ਆ। ਤਾਂ ਉਹਨਾਂ ਨੇ ਇੱਕ ਮੈਸੇਜ ਦਿੱਤਾ ਵੀ ਆਪਾਂ ਜੇ ਚਾਹੀਏ ਲੋਕ ਚਾਹਣ ਤਾਂ ਮਤਲਬ ਕਿ ਅਸੀਂ ਜਿੱਤ ਸਕਦੇ ਹਾਂ, ਕੋਈ ਲੜਨ ਦੀ ਲੋੜ ਨਹੀਂ। ਮੇਰਾ ਅੱਜ ਹੀ ਆਰਟੀਕਲ ਛਪਿਆ, ਮੇਰੇ ਕੋਲ ਲਾਈਨ ਲਿਖੀ ਸੀਗੀ ਵੀ ਆਪਣੇ ਲੇਹ ਦੀ ਹਮੇ ਆਜ਼ਾਦੀ ਬਿਨਾਂ ਖੜਕ ਬਿਨਾਂ ਡਾਲ ਅਸੀਂ ਗਾਂਧੀ ਵਾਸਤੇ ਇਸਤੇਮਾਲ ਕਰਦੇ ਹਾਂ, ਵੀ ਸਾਬਰਮਤੀ ਕੇ ਸੰਤ ਤੂੰ ਨੇ ਕਰ ਦਿਆ ਕਮਾਲ, ਪਰ ਕਮਾਲ ਇਹ ਹੋਇਆ ਹੈਗਾ ਵੀ ਅਸੀਂ ਕੋਈ ਮਤਲਬ ਕਿ ਸਹੀ ਮਾਇਨੇ ਦੇ ਵਿੱਚ ਕੋਈ ਅਸੀਂ ਲਾਠੀ ਇਸਤੇਮਾਲ ਨਹੀਂ ਕੀਤੀ, ਕੋਈ ਅਸੀਂ ਮਤਲਬ ਕਿ ਝਗੜਾ ਨਹੀਂ ਕੀਤਾ, ਕੋਈ ਤੋੜਬੰਦ ਨਹੀਂ ਕੀਤੀ, ਆਰਾਮ ਨਾਲ ਬੈਠੇ ਰਹੇ, ਸ਼ਾਂਤੀ ਨਾਲ ਬੈਠੇ ਰਹੇ, ਇੰਤਜ਼ਾਰ ਕਰਦੇ ਰਹੇ। ਔਰ ਭਾਵੇਂ ਲੋਕ ਕਹਿੰਦੇ ਨੇ ਵੀ ਇਹ ਯੂਪੀ ਦੀਆਂ ਹਾਰ ਨੂੰ ਦੇਖ ਕੇ ਇਹਨਾਂ ਨੇ ਕਾਨੂੰਨ ਵਾਪਸ ਲਏ ਨੇ, ਪਰ ਕਿਸਾਨ ਤਿਆਰ ਸੀਗੇ, ਕੋਈ ਗੱਲ ਨਹੀਂ, ਹੋਰ 2 ਸਾਲ ਸਹੀ, 24 ਤੱਕ ਪੱਕੇ ਤਿਆਰ ਸੀਗੇ। ਤਾਂ ਇਹਨਾਂ ਸਾਰੀਆਂ ਗੱਲਾਂ ਨੇ ਇਹ ਇੱਕ ਮਾਹੌਲ ਬਣਾਇਆ ਅਤੇ ਹੁਣ ਸੋਚਿਆ ਕਿ ਹੁਣ ਆਪਾਂ ਪੰਜਾਬ ਨੂੰ ਵੀ ਬਚਾ ਸਕਦੇ ਹਾਂ। ਅਤੇ ਕੁਛ ਜਿਹੜੇ ਲੋਕ ਸੀਗੇ ਜੇ ਕੱਚੇ ਸੋਚ ਰਹੇ ਸੀਗੇ ਪੰਜਾਬ ਨੂੰ ਮਤਲਬ ਕਿ ਬਚਾਉਣ ਦੀ ਲੋੜ ਹੈਗੀ ਹੈ, ਇੱਥੇ ਨਸ਼ਿਆਂ ਦੀ ਗੱਲ ਹੈ, ਬੇਰੁਜ਼ਗਾਰੀ ਦੀ ਗੱਲ ਹੈ, ਨੌਜਵਾਨ ਦੇ ਰਾਜ ਦੇਸ਼ ਪੰਜਾਬ ਛੱਡ ਕੇ ਜਾ ਰਿਹਾ ਹੈਗਾ, ਹਰ ਸਾਲ 1.5 ਲੱਖ ਬੰਦਾ ਨੌਜਵਾਨ ਬਾਹਰ ਛੱਡ ਕੇ ਚਲਾ ਜਾਂਦਾ। ਤਾਂ ਉਹ ਇਸ ਤਰ੍ਹਾਂ ਖਾਲੀ ਹੋ ਰਿਹਾ ਸੀਗਾ, ਘਰਾਂ ਦੇ ਸਿਰਫ ਬਜ਼ੁਰਗ ਨਜ਼ਰ ਆ ਰਹੇ ਸੀਗੇ। ਤਾਂ ਉਸ ਪੱਖ ਤੋਂ ਮਤਲਬ ਕਿ ਜੋ ਸਾਰੇ ਲੋਕਾਂ ਦੀ ਸੋਚ ਇਕੱਠੀ ਹੋਈ ਤਾਂ ਹੌਲੀ ਹੌਲੀ ਇਕੱਠੇ ਹੋਣੇ ਸ਼ੁਰੂ ਹੋਏ। ਤਾਂ ਹੁਣ ਇੱਕ ਹੋਰ ਟਾਰਗੇਟ ਮਿਲ ਗਿਆ ਕਿ ਹੁਣ 2022 ਦੀਆਂ ਚੋਣਾਂ ਨੇ, ਵੀ ਜੇ ਅੱਛੀ ਅਸੀਂ ਕਿਤੇ ਥੋੜ੍ਹਾ ਬਹੁਤਾ ਦਬਾਅ ਪਾ ਸਕਦੇ ਹੈਗੇ, ਉਹਨਾਂ ਦੇ ਉੱਤੇ ਕੋਈ ਅਸਰ ਅੰਦਾਜ਼ ਕਰ ਸਕਦੇ ਹਾਂ ਵੀ ਤਾਂ ਕਿ ਜਿਹੜੇ ਲੋਕ ਆ ਰਹੇ ਨੇ ਤਾਂ ਉਹ ਲੋਕਾਂ ਨੂੰ ਮਤਲਬ ਕਿ ਥੋੜ੍ਹਾ ਜਿਹਾ ਇੱਕ ਘੰਟੀ ਦਿਖਾਈ ਜਾਵੇ ਵੀ ਇਹ ਘੰਟੀ ਹੈਗੀ ਜੀ, ਵੀ ਇਹ ਘੰਟੀ ਵੱਜ ਸਕਦੀ ਹੈ, ਤੁਸੀਂ ਜੇ ਜਿੱਤਣਾ ਹੈਗਾ ਤਾਂ ਜਿੱਤੋ, ਕੋਈ ਗੱਲ ਨਹੀਂ, ਆਓ ਤੁਸੀਂ ਸਿਆਸਤ ਦੇ ਵਿੱਚ, ਆਪ ਮੁੱਦੇ ਨੇ ਪਰ ਇਹਨਾਂ 'ਤੇ ਗੱਲ ਕਰਨੀ ਪਊਗੀ। ਅਸੀਂ ਆਪ ਇਹ ਸੋਚਿਆ ਕਿ ਅਸੀਂ ਆਪ ਇਹਦੇ ਵਿੱਚ ਉਸ ਦਾ ਰਾਜਨੀਤੀ ਵਿੱਚ ਨਹੀਂ ਆਵਾਂਗੇ, ਅਸੀਂ ਇੱਕ ਬਾਹਰੋਂ ਖੜ ਕੇ ਰਾਜਨੀਤੀ ਨੂੰ ਪ੍ਰਭਾਵਿਤ ਕਰਾਂਗੇ ਜੀ, ਇਹ ਹੈਗਾ ਜੀ। ਹਾਂਜੀ ਹਾਂ ਡਾਕਟਰ ਸਾਹਿਬ, ਜਿਵੇਂ ਕਿ ਤੁਸੀਂ ਦੱਸਿਆ ਕਿ ਬਹੁਤ ਸਾਰੇ ਨੌਜਵਾਨ ਤੁਹਾਨੂੰ ਰੋਜ਼ਾਨਾ ਮਿਲਦੇ ਨੇ ਅਤੇ ਇੱਕ ਸਮੇਂ ਤੋਂ ਤੁਸੀਂ ਨੌਜਵਾਨਾਂ ਦੀ ਗਰੂਮਿੰਗ ਦੇਖ ਰਹੇ ਹੋ ਕਿ ਕਿਸ ਪ੍ਰਕਾਰ ਹੋ ਰਹੀ ਹੈ, ਸਮਝ ਰਹੇ ਨੇ ਜਾਂ ਉਹਨਾਂ ਦੀਆਂ ਪਰੇਸ਼ਾਨੀਆਂ ਵੀ ਹੁੰਦੀਆਂ ਨੇ ਜਾਂ ਕਹਿ ਲਓ ਉਹਨਾਂ ਦੀਆਂ ਦਿਲਚਸਪੀਆਂ ਬਦਲ ਰਹੀਆਂ ਨੇ,
ਕੀ ਲੱਗਦਾ ਕਿ ਇਸ ਮੁਹਿੰਮ ਦੇ ਨਾਲ ਜੁੜ ਪਾਉਣਗੇ ਪੰਜਾਬ? ਨਹੀਂ ਨਹੀਂ, ਵੇਖੋ ਦੇਖੋ ਮੈਂ ਦੱਸਿਆ ਸੀਗਾ, ਮੈਂ ਜਦ ਗੱਲ ਕਰ ਰਿਹਾ ਸੀਗਾ ਵੀ ਨੌਜਵਾਨ ਕੋਲੋਂ ਨਾ ਇੱਕ ਜਦੋਂ ਬੱਚਾ ਜਿਹੜਾ ਵੱਡਾ ਹੋ ਰਿਹਾ ਹੁੰਦਾ ਨਾ, ਉਹਦੇ ਮਨ ਦੇ 'ਚ ਇੱਕ ਸੁਪਨਾ ਹੁੰਦਾ ਕਿ ਮੈਂ ਕਿਹੋ ਜਿਹਾ ਬਣਨਾ, ਅਤੇ ਉਹ ਆਪਣੇ ਆਲੇ ਦੁਆਲੇ 'ਚ ਦੇਖਦਾ ਜਾਂ ਉਹ ਫਾਦਰ ਵਰਗਾ ਬਣਨਾ ਚਾਹੁੰਦਾ, ਕਦੇ ਟੀਚਰ ਤੋਂ ਪ੍ਰਭਾਵਿਤ ਹੁੰਦਾ ਟੀਚਰ ਬਣਨਾ ਚਾਹੁੰਦਾ, ਫਿਰ ਉਹ ਮਤਲਬ ਕਿ ਹੋਰ ਜਿਹੜੇ ਵੀ ਉਹਨੂੰ ਮਿਲਦੇ ਨੇ, ਈਵਨ ਮਤਲਬ ਕਿ ਜਦੋਂ ਕਿਤਾਬਾਂ ਵੀ ਪੜ੍ਹਦਾ ਭਗਤ ਸਿੰਘ ਬਾਰੇ ਪੜ੍ਹਦਾ, ਈਵਨ ਆਪਣੇ ਗੁਰੂ ਗੋਬਿੰਦ ਸਿੰਘ ਬਾਰੇ ਪੜ੍ਹਦਾ ਹੈਗਾ, ਤਾਂ ਉਹਨੂੰ ਲੱਗਦਾ ਕਿ ਮੈਨੂੰ ਇਹੋ ਜਿਹੀ ਸ਼ਖਸੀਅਤ ਬਣਨਾ ਚਾਹੀਦਾ ਹੈਗਾ, ਪਰ ਹੌਲੀ ਹੌਲੀ ਉਹ ਦੇਖਦਾ ਦੇਖ ਰਿਹਾ ਹੈਗਾ ਕਿ ਨਾ ਤਾਂ ਮਾਂ ਪਿਓ ਜਿਹੜੇ ਨੇ ਉਹਨਾਂ ਦੇ ਕਿਰਦਾਰ ਵਧੀਆ ਨੇ, ਨਾ ਉਹ ਦੇਖ ਰਿਹਾ ਕਿ ਅਧਿਆਪਕਾਂ ਦੇ ਕਿਰਦਾਰ ਵਧੀਆ ਨੇ, ਅਤੇ ਸਾਡੇ ਜਿਹੜੇ ਗੁਰਦੁਆਰੇ ਜਿਹਨਾਂ ਨੇ ਸਾਂਭੇ ਹੋਏ ਨੇ, ਗੁਰੂ ਨੇ ਆਪਣੇ ਆਪ ਨੂੰ ਗੁਰੂ ਕਹਿੰਦੇ ਨੇ, ਆਪਣੇ ਆਪ ਨੂੰ ਸਮਾਜ ਦਾ ਅੱਗੋਂ ਸੇਵਕ ਕਹਿੰਦੇ ਨੇ, ਆਗੂ ਕਹਿੰਦੇ ਨੇ, ਰਾਜਨੀਤੀ ਦੇ ਚੇਵੇਂ ਕਹਿੰਦੇ ਨੇ, ਤਾਂ ਪਰ ਉਹ ਦੇਖ ਰਿਹਾ ਵੀ ਸਾਰੇ ਨਾ ਕਿਸੇ ਪੱਧਰ 'ਤੇ ਆ ਕੇ ਨਾ ਦੋਗਲੇ ਹੈਗੇ ਨੇ, ਕਹਿਣੀ ਕਰਨੀ ਵਿੱਚ ਫਰਕ ਹੈਗਾ, ਤਾਂ ਉਹਦਾ ਮਨ ਟੁੱਟਦਾ ਹੈਗਾ, ਫਿਰ ਉਹ ਫਿਰ ਕਲਪਨਾ ਵਿੱਚ ਆ ਜਾਂਦਾ ਵੀ ਫਿਰ ਉਹ ਦੇਖਦਾ ਵੀ ਸ਼ਾਹਰੁਖ ਖਾਨ ਦੀ ਬਹੁਤ ਫਾਲੋਇੰਗ ਹੈਗੀ ਹੈ, ਫਿਰ ਉਹ ਦੇਖਦਾ ਹੈਗਾ ਕਿ ਸਚਿਨ ਤੰਦੁਲਕਰ ਦੀ ਬੜੀ ਫਾਲੋਇੰਗ ਹੈਗੀ ਹੈ, ਫਿਰ ਉਹਦੇ ਆਈਡੀਅਲ ਚੇਂਜ ਹੋ ਜਾਂਦੇ ਨੇ, ਫਿਰ ਉਹ ਸੋਚਦਾ ਕਿ ਉਹ ਫਿਰ ਸੁਪਨਿਆਂ ਦੇ ਵਿੱਚ ਇਹ ਉਹਨੂੰ ਅਸਲੀਅਤ ਨਹੀਂ ਪਤਾ ਵੀ ਸ਼ਾਹਰੁਖ ਖਾਨ ਦੀ ਅਸਲੀਅਤ ਕੀ ਹੈਗੀ ਹੈ, ਵੀ ਉਹ ਕਿਵੇਂ ਉਹਦੇ ਫਾਲੋਅਰ ਕਿਵੇਂ ਬਣੇ ਨੇ, ਤਾਂ ਉਹਨਾਂ ਦੇ 'ਚ ਫਿਰ ਉਹ ਰਹਿਣ ਲੱਗ ਪੈਂਦਾ ਹੈਗਾ, ਫਿਰ ਇਸ ਤਰ੍ਹਾਂ ਦਾ ਮਾਹੌਲ ਦੇਖ ਕੇ ਫਿਰ ਉਹ ਥੋੜ੍ਹਾ ਜਿਹਾ ਨਸ਼ੇ ਜਿਹੜੇ ਨੇ ਉਹਨੂੰ ਮਦਦ ਕਰਦੇ ਨੇ, ਲੋਕ ਵੀ ਉਹਨਾਂ ਨੂੰ ਮਗਰ ਲਾ ਲੈਂਦੇ ਨੇ ਨਸ਼ੇ ਵਿੱਚ, ਇਹਨਾਂ ਦਾ ਇੱਕ ਰੈਕਟ ਹੈਗਾ, ਉਹ ਵੀ ਇਹੋ ਜਿਹੇ ਨੌਜਵਾਨਾਂ ਨੂੰ ਪੜ੍ਹਦੇ ਨੇ, ਉਹਨਾਂ ਨੂੰ ਪਹਿਲਾਂ ਖਾਣ ਹੀ ਲਾਉਂਦੇ ਨੇ, ਫਿਰ ਵਿੱਚ ਇਹਨੂੰ ਲਾਉਂਦੇ ਨੇ, ਫਿਰ ਇਸ ਤਰੀਕੇ ਦੇ ਨਾਲ ਮਤਲਬ ਕਿ ਨਾ ਤਾਂ ਇਹ ਇੱਕ ਚੱਕਰ ਜਿਹੇ 'ਚ ਫਸ ਜਾਂਦਾ ਹੈਗਾ ਨੌਜਵਾਨ, ਅਤੇ ਆਪਾਂ ਫਿਰ ਦੇਖਦੇ ਹਾਂ ਕਿ ਫਿਰ ਆਪਾਂ ਲੱਗਦਾ ਵੀ ਨੌਜਵਾਨ ਹੁਣ ਕੁਛ ਨਹੀਂ ਕਰ ਸਕਦਾ, ਅਸੀਂ ਦੇਖਿਆ, ਪਰ ਇਸ ਅੰਦੋਲਨ ਨੇ ਜਦੋਂ ਮਤਲਬ ਕਿ ਲੱਗਿਆ ਵੀ ਉਹਨਾਂ ਨੂੰ ਕੁਛ ਵੀ ਉਹਨਾਂ ਲੱਗਿਆ ਵੀ ਇੱਕ ਆਹ ਤਰੀਕਾ ਹੈਗਾ ਜਿਸ 'ਚ ਅਸੀਂ ਮਤਲਬ ਕਿ ਨਾ ਉਹ ਆਪਣੀ ਐਨਰਜੀ ਲਗਾ ਸਕਦਾ ਹੈਗਾ, ਜਦੋਂ ਉਹਨੇ ਦੇਖਿਆ ਕਿ ਬਜ਼ੁਰਗ ਜਾ ਰਹੇ ਨੇ ਮੇਰੇ ਇਸ ਇਹ ਜਾ ਰਹੇ ਨੇ ਜਿਹੜੇ ਉੱਥੇ ਜਾ ਕੇ, ਕਿਉਂਕਿ ਆ ਪੰਜਾਬ ਵਿੱਚ ਖਾਸ ਤੌਰ 'ਤੇ ਟੋਲਾਂ ਦੇ ਉੱਤੇ ਪਹਿਲਾਂ ਹੀ 3 ਮਹੀਨੇ ਪਹਿਲਾਂ ਹੀ ਇਹ ਚੱਲ ਪਿਆ ਸੀਗਾ, ਉੱਥੇ ਜਦੋਂ ਟੋਲਾਂ ਦੇ ਉੱਤੇ ਨੌਜਵਾਨ ਨੇ ਜਾ ਕੇ ਦੇਖਿਆ ਵੀ ਸਾਡੇ ਬਜ਼ੁਰਗ ਬੈਠੇ ਨੇ, ਸਾਡੀਆਂ ਮਾਵਾਂ ਬੈਠੀਆਂ ਨੇ, ਤਾਂ ਉਹਨਾਂ ਨੂੰ ਲੱਗਿਆ ਕਿਸੇ, ਪਰ ਜਦੋਂ ਦਿੱਲੀ ਦੀ ਆਵਾਜ਼ ਪਈ ਤਾਂ ਉਹ ਮੋਹਰੇ ਲੱਗ ਕੇ ਅੱਗੇ ਆਏ ਮਤਲਬ ਕਿ, ਅਤੇ ਉਹਨਾਂ ਨੇ ਦੇਖੋ ਸਹੀ ਮਿਹਨਤ 'ਚ ਕਿਹਾ ਜਾ ਰਿਹਾ ਕਿ ਸਹੀ ਮਿਹਨਤ 'ਚ ਨੌਜਵਾਨਾਂ ਨੇ ਹੀ ਇਹਨਾਂ ਨੂੰ ਉੱਥੇ ਤੱਕ ਪਹੁੰਚਾਇਆ, ਜੇ ਮਤਲਬ ਕਿ ਨੌਜਵਾਨ ਨਾ ਹੁੰਦੇ ਤਾਂ ਹੋ ਸਕਦਾ ਕਿ ਸੰਭੂ ਬਾਰਡਰ ਤੋਂ ਅੱਗੇ ਨਾ ਜਾਂਦੇ, ਜਾਂ ਉੱਥੇ ਮਤਲਬ ਕਿ ਹਰਿਆਣਾ ਦਾ ਦੂਜਾ ਬਾਰਡਰ ਹੈ ਜਿਹੜਾ ਡੱਬ ਵਾਲੀ ਵਾਲਾ ਬਾਰਡਰ ਹੈਗਾ, ਉਸ ਤੋਂ ਅੱਗੇ ਨਾ ਜਾਂਦੇ, ਤਾਂ ਫਿਰ ਨੌਜਵਾਨਾਂ ਦੀ ਜਿਹੜੀ ਇਹ ਹਿੰਮਤ ਸੀਗੀ, ਇਹਨਾਂ ਨੇ ਮਤਲਬ ਕਿ ਉਹਨਾਂ ਨੂੰ ਹੋਰ ਹਿੰਮਤ ਦਿੱਤੀ ਵੀ ਅਸੀਂ ਕਰ ਸਕਦੇ ਹੈਗੇ ਆ, ਅਤੇ ਉਹਨਾਂ ਨੇ ਮਤਲਬ ਕਿ ਬਜ਼ੁਰਗਾਂ ਨੂੰ ਸਾਂਭਿਆ ਜਿਵੇਂ ਮਤਲਬ ਕਿ, ਅਤੇ ਉੱਥੇ ਪਹੁੰਚੇ, ਅਤੇ ਇਹ ਫਿਰ ਇਸ ਤਰ੍ਹਾਂ ਸਿਲਸਿਲਾ ਬਣਿਆ, ਅਤੇ ਹੌਲੀ ਹੌਲੀ ਫਿਰ ਨੌਜਵਾਨਾਂ ਦਾ ਇੱਕ ਸਿਲਸਿਲਾ ਜਿਹਾ ਆਉਣ ਜਾਣ ਦਾ ਬਣਿਆ, ਅਤੇ ਉਹਨਾਂ ਨੇ ਸਾਰਾ ਇੱਕ ਸਾਲ ਲੰਮਾ ਸਮਾਂ, ਜਿਵੇਂ ਪਹਿਲਾਂ ਵੀ ਕਿਹਾ, ਇੱਕ ਸਾਲ ਆਪਣੇ ਆਪ ਦੇ ਵਿੱਚ ਬਹੁਤ ਜ਼ਿਆਦਾ ਇੱਕ ਸਗੋਂ ਉਹਨਾਂ ਨੇ ਟ੍ਰੇਨਿੰਗ ਹੋਈ ਮਤਲਬ ਕਿ ਵੀ ਅਸੀਂ ਇੱਕ ਸਾਡੇ 'ਚ ਜੇ ਅਸੀਂ ਕਰੀਏ ਤਾਂ ਅਸੀਂ ਮਤਲਬ ਕਰ ਸਕਦੇ ਹੈਗੇ ਹਾਂ, ਮਾਹੌਲ ਵੀ ਸਿਰਜਿਆ ਜਾ ਸਕਦਾ, ਹਾਂ ਇਹ ਸਿਰਜਿਆ ਜਾ ਸਕਦਾ, ਉਹਨਾਂ ਨੇ ਮਤਲਬ ਇੱਕ ਅੰਦੋਲਨ ਇਹ ਪ੍ਰੂਵ ਕੀਤਾ ਹੈਗਾ ਵੀ ਜੇ ਅਸੀਂ ਚਾਹੀਏ ਤਾਂ ਕੁਝ ਵੀ ਕਰ ਸਕਦੇ ਹਾਂ, ਮੈਂ ਇਹ ਗੱਲ ਕਰਦਾ ਵੀ ਅਸੀਂ ਕਹਿੰਦੇ ਵੀ ਸੱਤਾ 'ਚ ਆਉਣ ਵਾਲੀ ਗੱਲ ਹੈ, ਤੁਸੀਂ ਦੇਖੋ ਸੱਤਾ 'ਚ ਰਹਿ ਕੇ ਜਿਨ੍ਹਾਂ ਨੇ ਬਿੱਲ ਬਣਾਏ, ਅਸੀਂ ਇਹ ਚਾਹੁੰਦੇ ਹਾਂ ਨਾ ਪਾਵਰ ਵੀ ਅਸੀਂ ਬਿੱਲ ਆਪ ਬਣਾਈਏ, ਚੰਗੇ ਬਿੱਲ ਬਣਾਈਏ, ਪਰ ਜੇ ਸੱਤਾ 'ਚ ਬੈਠੇ ਬੰਦੇ ਗਲਤ ਬਾਹਰ ਮਤਲਬ ਕਿ ਬਿੱਲ ਬਣਾ ਰਹੇ ਨੇ, ਤਾਂ ਬਾਹਰ ਬੈਠੇ ਲੋਕਾਂ ਨੇ ਉਹਨਾਂ ਨੂੰ ਰੱਦ ਵੀ ਕੀਤਾ ਹੈਗਾ, ਇਹਦਾ ਮਤਲਬ ਮੈਂ ਇਸ ਤਰ੍ਹਾਂ ਸਮਝਦਾ ਕਿ ਅੰਦਰ ਨਾਲੋਂ ਬਾਹਰਲੇ ਬੰਦਿਆਂ ਦੀ ਪਾਵਰ ਵੱਧ ਹੈਗੀ ਹੈ, ਉਹ ਠੀਕ ਹੈ ਕਿ ਅੰਦਰ ਬੈਠ ਕੇ ਤੁਹਾਨੂੰ ਕੁਰਸੀਆਂ ਮਿਲਦੀਆਂ ਨੇ, ਤੁਹਾਨੂੰ ਕਾਰ ਮਿਲਦੀ ਹੈ, ਤੁਹਾਨੂੰ ਬਰਤੇ ਮਿਲਦੇ ਆ, ਬਾਹਰ ਤੁਹਾਨੂੰ ਸੜਕਾਂ 'ਤੇ ਸੌਣਾ ਪੈਂਦਾ, ਇੰਨੀ ਕੁ ਤੁਹਾਨੂੰ ਕੁਰਬਾਨੀ ਕਹਿ ਲਓ, ਉੰਨੀ ਕੁ ਤੁਹਾਨੂੰ ਇਸ ਦੇ ਨਾਲ ਆਪਣੀ ਜਿਹੜੀ ਹੈਗੀ ਹੈ ਆਪਣੀ ਲੋਕਾਂ ਦੇ ਵਾਸਤੇ ਤੁਹਾਨੂੰ ਥੋੜ੍ਹਾ ਜਿਹਾ ਆ ਕੇ ਆਪਣੇ ਥੋੜ੍ਹਾ ਦੁੱਖ ਸਹਿਣਾ ਪੈਂਦਾ ਹੈਗਾ, ਪਰ ਬਾਹਰ ਵਾਲਿਆਂ ਕੋਲ ਮੈਂ ਕਹਿੰਦਾ ਅੱਜ ਵੀ ਤਾਕਤ ਹੈਗੀ ਹੈ, ਅਤੇ ਇੱਕ ਪ੍ਰੈਸ਼ਰ ਗਰੁੱਪ ਬਣਾ ਕੇ ਰੱਖਣਾ ਚਾਹੀਦਾ ਹੈਗਾ, ਕਹਿੰਦੀ ਬਹੁਤ ਮਤਲਬ ਕਿ ਡੈਮੋਕ੍ਰੇਸੀ ਵਿੱਚ ਖਾਸ ਤੌਰ 'ਤੇ ਬਹੁਤ ਜ਼ਰੂਰਤ ਹੈਗੀ ਹੈ, ਤਾਂ ਇਹ ਡੈਮੋਕ੍ਰੇਸੀ 'ਚ ਜੇ ਇਹ ਗਰੁੱਪ ਮਤਲਬ ਕੋਈ ਵੀ ਬਣਾਉਂਦਾ ਹੈਗਾ, ਅਤੇ ਹੌਲੀ ਹੌਲੀ ਨੌਜਵਾਨ ਜਿਵੇਂ ਅੱਗੇ ਆ ਰਹੇ ਨੇ, ਤਾਂ ਉਹਨਾਂ ਨੂੰ ਇਸ ਵਿਭਾਗ ਨੂੰ ਸੰਭਾਲਣੀ ਵੀ ਚਾਹੀਦੀ ਹੈਗੀ ਹੈ, ਹੁਣ ਜੇ ਹੁਣ ਦੇਖੋ ਮੈਂ ਹੁਣ 70 ਸਾਲ ਦਾ ਹੋਣ ਲੱਗਿਆ, ਹੋਰ ਜਿਹੜੇ ਲੋਕ ਨੇ ਬਹੁਤ ਜੁੜ ਰਹੇ ਨੇ, ਪਰ ਮੈਨੂੰ ਵਧੀਆ ਲੱਗਿਆ ਕਿ ਅੱਜ ਜਿੰਨੇ ਇੰਨੇ ਬੰਦੇ ਜੁੜੇ ਹੈਗੇ ਨੇ ਉਹਦੇ ਵਿੱਚ ਨੌਜਵਾਨ ਵੀ ਹੈਗੇ ਨੇ, ਚਾਹੇ ਉਹ ਮਤਲਬ ਕਿ ਐਕਟਰ ਨੇ ਭਾਵੇਂ, ਪਰ ਉਹਨਾਂ ਦਾ ਜਜ਼ਬਾ ਮੈਂ ਦੇਖਿਆ, ਮੈਨੂੰ ਕਿਸੇ ਨੇ ਕਿਹਾ ਵੀ ਇਹਦੇ 'ਚ ਬਹੁਤ ਜ਼ਿਆਦਾ ਐਕਟਰ ਨੇ ਹੈਗੇ ਨੇ, ਤੁਸੀਂ ਉੱਥੇ ਕੀ ਕਰੋਗੇ, ਉਹ ਮੈਨੂੰ ਨਹੀਂ ਲੱਗਦਾ ਵੀ ਉਹ ਬਹੁਤੇ ਸੀਰੀਅਸ ਬੰਦੇ ਹੈਗੇ ਨੇ, ਅਤੇ ਤੁਸੀਂ ਉੱਥੇ ਉਹਨਾਂ ਦੇ ਨਾਲ ਨਾ ਜੁੜੋ, ਮੈਂ ਕਿਹਾ ਵੀ ਦੇਖੋ ਮੈਂ ਜੋ ਏਜੰਡਾ ਉਹਨਾਂ ਨੂੰ ਹੈਲਥ ਦਾ ਲਿਖ ਕੇ ਦਿੱਤਾ ਵੀ ਇਹ ਇਨਕਲੂਡ ਕਰਨਾ ਚਾਹੀਦਾ, ਉਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਹੈਲਥ ਬਾਰੇ ਦੱਸੋ ਲਿਖ ਕੇ, ਮੈਂ ਲਿਖ ਕੇ ਦਿੱਤਾ, ਉਹਨਾਂ ਨੂੰ ਪਸੰਦ ਆਇਆ, ਉਹਨਾਂ ਨੇ ਆਪਣੇ ਉਸ ਪੱਤਰ ਦੇ ਵਿੱਚ ਸ਼ਾਮਿਲ ਕੀਤਾ, ਮੈਂ ਕਿਹਾ ਅਗਰ ਮੇਰੀ ਗੱਲ ਸ਼ਾਮਿਲ ਹੁੰਦੀ ਹੈ, ਜਿਹੜੀ ਮੇਰੀ ਗੱਲ ਅੱਗੇ ਜਾਂਦੀ ਹੈਗੀ ਹੈ, ਕੱਲ੍ਹ ਨੂੰ ਜਿਹੜੇ ਵੀ ਇਹ ਜਿਹੜੇ ਬੰਦੇ ਨੇ ਜਿਹੜੇ ਖੜ੍ਹੇ ਹੁੰਦੇ ਨੇ ਉਹ ਇੱਥੇ ਸਿਹਤ ਇਹ
ਅੰਸ਼ ਉਹਦੇ 'ਚ ਸ਼ਾਮਿਲ ਕਰਦੇ ਨੇ। ਮੈਂ ਕਿਹਾ ਮੇਰੀ ਗੱਲ ਜਾਣੀ ਚਾਹੀਦੀ ਹੈ, ਮਤਲਬ ਕਿ ਹੈਗੀ ਹੈ ਜੇ ਮੈਨੂੰ ਜਾ ਰਹੀ ਹੈ ਤਾਂ ਮੈਨੂੰ ਉਸ ਗਰੁੱਪ ਨਾਲ ਜਾਣ 'ਚ ਕੋਈ ਮਤਲਬ ਕਿ ਉਹ ਨਹੀਂ ਹੈਗਾ। ਠੀਕ ਹੈ, ਸਵਾਲ ਤਾਂ ਹੈਗਾ ਕਿ ਅਸੀਂ ਚਾਹੁੰਦੇ ਕੀ ਹੈਗੇ ਹਾਂ, ਉਸ ਚਾਹਣ ਦਾ ਨਤੀਜਾ ਕੀ ਨਿਕਲੂਗਾ। ਤਾਂ ਮੈਨੂੰ ਲੱਗਦਾ ਵੀ ਵਧੀਆ ਨਤੀਜਾ ਨਿਕਲੂਗਾ। ਮੈਨੂੰ ਹੁਣੇ ਕਿਸੇ ਨੇ ਇੱਥੇ ਪੁੱਛਿਆ ਸੀਗਾ ਵੀ ਮਲਾਈ ਤਾਂ ਤੁਸੀਂ ਇਕੱਠੀ ਕਰ ਲਈ, ਕਿ ਇਹਦਾ ਘਿਓ ਬਣੂਗਾ? ਮੈਂ ਕਿਹਾ ਪੱਕਾ ਬਣੂਗਾ, ਜਿਸ ਤਰ੍ਹਾਂ ਦਾ ਲੱਗ ਰਿਹਾ ਹੈਗਾ। ਇਹ ਨਹੀਂ ਹੈਗਾ ਵੀ ਕਿਤੇ ਹੋਊਗਾ, ਇਹ ਗੱਲ ਹੈਗੀ ਵੀ ਅਸੀਂ ਅੱਜ ਇੱਥੇ 13 ਬੰਦੇ ਇਕੱਠੇ ਬੈਠੇ ਸੀਗੇ ਉੱਪਰ, ਪਰ ਬਹੁਤ ਸਾਰੇ ਬੰਦੇ ਜੁੜਨਾ ਚਾਹੁੰਦੇ ਨੇ। ਨਾਲੇ ਇਹ ਪ੍ਰੋਸੈਸ ਹੁੰਦੀ ਹੈ ਵੀ ਦੋ ਆ ਜਾਂਦੇ ਨੇ, ਚਾਰ ਜੁੜ ਜਾਂਦੇ ਨੇ, ਦੋ ਆ ਜਾਂਦੇ ਨੇ, ਚਾਰ ਨਿਕਲ ਜਾਂਦੇ ਨੇ, ਤਾਂ ਇਹ ਆਉਣਾ ਜਾਣਾ ਲੱਗਿਆ ਰਹਿੰਦਾ। ਪਰ ਇੱਕ ਸਿਲਸਿਲਾ ਸ਼ੁਰੂ ਹੋਇਆ ਹੈਗਾ, ਇੱਕ ਫਿਕਰ ਸ਼ੁਰੂ ਹੋਈ ਹੈਗੀ ਜੀ, ਉਹ ਫਿਕਰ ਜਿਹੜੀ ਹੈਗੀ ਹੈ ਉਹ ਜ਼ਰੂਰ ਕਿਤੇ ਨਾ ਕਿਤੇ ਲੈ ਕੇ ਜਾਏਗੀ। ਡਾਕਟਰ ਸਾਹਿਬ, ਜੇਕਰ ਮੈਂ ਗੱਲ ਕਰਾਂ 15 ਤੋਂ 20 ਸਾਲ ਜਦੋਂ ਤੋਂ ਸ਼ਾਇਦ ਮੈਂ ਸੁਰਤ ਸੰਭਾਲੀ, ਜਾਂ ਕਹਿ ਲਓ ਕਿ ਮੈਨੂੰ ਸਮਝ ਆਉਣ ਲੱਗੀ ਕਿ ਹਾਂ ਪੰਜਾਬ ਦੀ ਰਾਜਨੀਤੀ ਕੀ ਹੈ, ਇੱਕ ਚੀਜ਼ ਦੇਖੀ ਕਿ ਆਰੋਪ ਪ੍ਰਤਿਆਰੋਪ ਲਾਉਂਦੀਆਂ ਇੱਕ ਦੂਜੇ 'ਤੇ ਪਾਰਟੀਆਂ, ਜੋ 15-20 ਸਾਲ ਤੋਂ ਹੋ ਰਿਹਾ, ਅੱਜ ਵੀ ਉਹੀ ਹੋ ਰਿਹਾ ਆ। ਹੁਣ 4.5 ਸਾਲ ਇੱਕ ਸਰਕਾਰ ਚੱਲਦੀ ਹੈ, ਫਿਰ ਰਾਜਾ ਬਦਲ ਦਿੱਤਾ ਜਾਂਦਾ ਹੈ, ਮੁੱਖ ਮੰਤਰੀ ਬਦਲ ਦਿੱਤਾ ਜਾਂਦਾ ਹੈ, ਫਿਰ ਉਹੀ ਚੀਜ਼ਾਂ ਇੱਕ ਦੂਜੇ 'ਤੇ ਇਲਜ਼ਾਮ ਲਗਾਉਣੇ, ਇੱਕ ਦੂਜੇ ਇੱਕ ਐਲਾਨ ਕਰਨੇ, ਉਹਨੇ ਵੱਡਾ ਕਰਤਾ, ਉਹਨੇ ਛੋਟਾ ਕਰਤਾ। ਅਜਿਹੇ ਦੇ ਵਿੱਚ ਲੋਕ ਕੀ ਕਰਨ, ਲੋਕਾਂ ਦੇ ਵਿੱਚ ਚੇਤਨਾ ਕਿਵੇਂ ਆਵੇ, ਕਿਉਂਕਿ ਉਹ ਹੁਣ ਉਹਨਾਂ ਚੀਜ਼ਾਂ ਦੇ ਆਦੀ ਹੋ ਗਏ ਨੇ, ਇੱਕ ਜਾਲ, ਇੱਕ ਮਾਇਆ ਜਾਲ ਜਿਹਨੂੰ ਆਪਾਂ ਕਹਿ ਸਕਦੇ ਹਾਂ, ਕਿ ਉਹਨਾਂ ਚੀਜ਼ਾਂ ਦੇ ਵਿੱਚ ਹੀ ਫਸਾ ਕੇ ਰੱਖ। ਨਹੀਂ ਨਹੀਂ, ਉਹ ਗੱਲ ਦੇਖੋ ਸਿਆਸਤ ਇਸ ਤਰ੍ਹਾਂ ਕਰਦੀ ਹੋਈ ਹੁੰਦੀ ਹੈ। ਤੁਸੀਂ ਜੇ ਕਿਤੇ 15-20 ਦੀ ਗੱਲ, ਮੈਨੂੰ ਵੀ ਕੋਈ ਬਹੁਤਾ ਲੰਬਾ ਸਮਾਂ ਕਹਿ ਲਓ ਕਿ ਮੈਂ ਭਾਵੇਂ ਤੁਹਾਨੂੰ ਦੱਸਿਆ ਕਿ ਮੇਰੀ ਉਮਰ 70 ਸਾਲ ਹੋਣ ਵਾਲੀ ਹੈ, ਪਰ ਮੈਂ ਕੋਈ 30-35 ਸਾਲ ਤੋਂ ਸਿਆਸਤ ਵਿੱਚ ਐਕਟਿਵਲੀ ਥੋੜ੍ਹਾ ਬਹੁਤਾ ਸੋਚਣਾ ਸ਼ੁਰੂ ਕੀਤਾ, ਲਿਖਣਾ ਸ਼ੁਰੂ ਕੀਤਾ। ਪਰ ਮੈਂ ਇੱਕ ਚੀਜ਼ ਮਹਿਸੂਸ ਹੋਰ ਕੀਤੀ ਹੈਗੀ ਹੈ ਵੀ ਸਾਰੇ ਹਿੰਦੁਸਤਾਨ ਦੇ ਵਿੱਚ 1000 ਕੁਝ ਚਿਹਰੇ ਹੈਗੇ ਹੈ, ਕੁਛ ਕੁ ਪਰਿਵਾਰ ਹੈਗੇ ਹੈ ਜਿਹੜੇ ਕਿ ਬਦਲ ਕੇ ਉਹ ਪਾਰਟੀਆਂ ਵੀ ਬਦਲਦੇ ਰਹਿੰਦੇ ਆ, ਆਪਣਾ ਮਤਲਬ ਕਿ ਉਹ ਕੁਛ ਵੀ ਉਹਨਾਂ ਦਾ ਬਦਲਾ, ਪਰ ਉਹਨਾਂ ਨੇ ਸਿਆਸਤ 'ਚ ਤੁਹਾਨੂੰ ਨਜ਼ਰ ਆਉਣਗੇ, ਮੈਂ ਚਾਹੇ ਸੱਤਾ 'ਚ ਆ ਜਾਣ ਚਾਹੇ ਉਹ ਵਿਰੋਧ 'ਚ ਆ ਜਾਣ। ਮਤਲਬ ਕਿ ਕਹਿਣ ਦਾ ਮਤਲਬ ਇਹ ਹੈਗਾ ਕਿ ਜਿਵੇਂ ਲੱਗਦਾ ਕਿ ਵੀ 1000 ਕੁ ਬੰਦੇ ਤੋਂ ਸਿਵਾ ਕੋਈ ਹੋਰ ਸਿਆਣਾ ਬੰਦਾ ਨਹੀਂ ਹੈ ਸਿਆਸਤ ਨੂੰ ਚਲਾਉਣ ਵਾਲਾ, ਅਤੇ ਇਹਨਾਂ ਨੇ ਉਹ ਸਿਰ 'ਚ ਤਾਂ ਹੈਗਾ। ਜਿਵੇਂ ਮਤਲਬ ਮੈਂ ਕਹਾਂ ਕਿ ਮੈਂ ਕੱਲ੍ਹ ਨੂੰ ਕਹਾਂ ਕਿ ਮੈਂ ਸਿਆਸਤ 'ਚ ਆਉਣਾ ਚਾਹੁੰਦਾ, ਮੈਂ ਸਮਝਦਾ ਕਿ ਸਿਆਸਤ ਦੇ ਵਿੱਚ ਇੱਕ ਪਾਵਰ ਹੈਗੀ ਹੈ, ਫੈਸਲੇ ਉੱਥੇ ਹੀ ਲਏ ਜਾਂਦੇ ਨੇ, ਤਾਂ ਵਧੀਆ ਫੈਸਲੇ ਲੈਣ ਵਾਸਤੇ ਮੈਨੂੰ ਉੱਥੇ ਜਾਣਾ ਚਾਹੀਦਾ ਕਿ ਮੈਨੂੰ ਆਪਣਾ ਪਿੱਛਾ ਨਹੀਂ ਚਲਾਉਣਾ ਚਾਹੀਦਾ। ਪਰ ਜਦੋਂ ਮੈਂ ਇਹ ਕੋਸ਼ਿਸ਼ ਕਰਨ ਦੀ ਗੱਲ ਕਰਦਾ ਜਾਂ ਮਤਲਬ ਕਿ ਕੋਸ਼ਿਸ਼ ਕਰਦਾ, ਮੈਨੂੰ ਕਿਹਾ ਜਾਊਗਾ ਡਾਕਟਰ ਸਾਹਿਬ ਤੁਸੀਂ ਕੀ ਲੈਣਾ, ਤੁਸੀਂ ਆਪਣਾ ਵਧੀਆ ਮਤਲਬ ਕਿ ਹੈਗੇ ਹੋ, ਤੁਸੀਂ ਆਪਣਾ ਚੰਗੀ ਕਲੀਨਿਕ ਖੋਲ੍ਹ ਲਓ ਸ਼ਾਮ ਨੂੰ, ਹੈ ਨਾ, ਕਿਸੇ ਹਸਪਤਾਲ ਮਾੜਾ ਮੋਟਾ ਖੋਲ੍ਹ ਲਓ, ਇਹ ਕਰ ਲਓ, ਵੀ ਸਿਆਸਤ ਤੁਹਾਡੇ ਕੰਮ ਦੀ ਚੀਜ਼ ਨਹੀਂ ਹੈ। ਅਧਿਆਪਕ ਨੂੰ ਕਿਹਾ ਜਾਊਗਾ ਤੇਰੇ ਕੰਮ ਦੀ ਨਹੀਂ ਹੈ, ਵਕੀਲ ਨੂੰ ਕਿਹਾ ਤੂੰ ਵਕੀਲ, ਯਾਨੀ ਕਹਿਣ ਦਾ ਮਤਲਬ ਇਹ ਜਿਹੜਾ ਸਿਆਸਤ ਕਰਨ ਵਾਲੇ ਲੀਡਰ ਬਣਨ ਵਾਲਾ ਇੱਕ ਵੱਖਰਾ ਗਰੁੱਪ ਹੈ, ਗੁੰਡਾ ਗਰੁੱਪ ਕਹਿ ਲਓ, ਵੀ ਗੈਂਗਸਟਰ ਹੈਗੇ ਨੇ, ਵੀ ਇਹ ਆਪ ਹੀ ਕਹਿੰਦੇ ਇਹ ਗੰਦ ਹੈਗਾ, ਵੀ ਇਹ ਗੰਦ ਹੈਗਾ, ਤੁਹਾਨੂੰ ਤੁਹਾਡੇ ਮਾਫਕ ਨਹੀਂ ਹੈਗਾ, ਵੀ ਗੰਦ ਤੁਸੀਂ ਬਣਾਤਾ ਅਤੇ ਹੁਣ ਤੁਸੀਂ ਉਹ ਦੂਜੇ ਨੂੰ ਵੜਨ ਨਹੀਂ ਦਿੰਦੇ, ਵੀ ਇਹ ਗੰਦ ਅਸੀਂ ਉਰਾਂਗੇ, ਵੀ ਜੇ ਗੰਦ ਹੈਗਾ ਤੁਸੀਂ ਕਿਉਂ ਹੈਗੇ ਹੋ? ਤਾਂ ਮਤਲਬ ਕਿ ਇਹ ਇੱਕ ਤੁਹਾਨੂੰ ਦੇਖੋ ਵੀ ਇੱਕ ਸਾਜਿਸ਼ ਜੀ ਹੈਗੀ ਹੈ। ਉਹ ਵੀ ਮਤਲਬ ਕਿ ਤੁਸੀਂ ਪੰਜਾਬ ਦੀ ਸਿਆਸਤ ਦੇਖੋ, 5 ਸਾਲ ਅਕਾਲੀ, 5 ਸਾਲ ਕਾਂਗਰਸ, 5 ਸਾਲ ਇਸ ਤਰ੍ਹਾਂ ਰਿਹਾ ਹੈਗਾ। ਇਹ ਜਿਵੇਂ ਇਹਨਾਂ ਨੇ ਮਤਲਬ ਕਿ ਨਾ ਇਕੱਠੇ ਬੈਠ ਕੇ ਸੋਚਿਆ ਹੁੰਦਾ ਵੀ 5 ਸਾਲ ਤੁਸੀਂ ਲੁੱਟੋ, 5 ਸਾਲ ਅਸੀਂ ਲੁੱਟਾਂਗੇ। ਲੋਕ ਤਾਂ ਬੇਵਕੂਫ ਨੇ, ਆਪਣੇ ਵੀ ਬੋਲਦੇ ਰਹਿੰਦੇ ਨੇ, ਕਿਸੇ ਵਕਤ ਵੀ ਚਾਹੇ ਕਹਿੰਦੇ ਵੀ ਸਰਕਾਰ ਹੋਵੇ ਦੂਜੇ ਦਾ ਕੰਮ ਨਹੀਂ ਰੁਕਦਾ, ਹੈ ਨਾ, ਉਹਦੀਆਂ ਬੱਸਾਂ ਚੱਲੀ ਜਾਂਦੀਆਂ ਨੇ, ਉਹਦੇ ਮਤਲਬ ਕਿ ਰੇਤ ਮਾਫੀਏ ਦੀ ਗੱਲ ਕਰਕੇ ਕਾਂਗਰਸ ਸਰਕਾਰ ਆਈ ਅਤੇ ਹੁਣ ਕਾਂਗਰਸ ਸਰਕਾਰ ਉਸ ਤੋਂ ਵੱਡਾ ਰੇਤ ਮਾਫੀਆ ਸਾਬਤ ਹੋ ਰਹੀ ਹੈ। ਨਸ਼ਿਆਂ ਨੂੰ ਲੈ ਕੇ ਮਤਲਬ ਕਿ ਮੈਂ ਕਹਿੰਦਾ ਵੀ ਨਸ਼ੇ ਇੱਕ ਵੱਡਾ ਮੁੱਦਾ ਸੀਗਾ ਜਿਹਨੂੰ ਮਤਲਬ ਕਿ ਕਾਂਗਰਸ ਨੇ ਮੁੱਦਾ ਬਣਾਇਆ ਅਤੇ ਮਤਲਬ ਕਿ ਜਿੱਤ ਕੇ ਆਇਆ ਅਕਾਲੀਆਂ ਤੋਂ, ਅਤੇ ਉਹੀ ਹਾਲ ਹੋਣੇਗਾ, ਸ਼ਰਾਬ ਮਾਫੀਆ ਸਾਰਾ ਕੁਛ ਉਸੇ ਤਰ੍ਹਾਂ ਹੈਗਾ। ਯਾਨੀ ਕਿ ਤੁਹਾਨੂੰ ਲੱਗਦਾ ਨਹੀਂ ਵੀ ਜਿਵੇਂ ਦੋਵੇਂ ਮਤਲਬ ਕਿ ਆਪਸ ਦੇ ਵਿੱਚ ਖੇਡ ਖੇਡ ਰਹੇ ਹੁੰਦੇ ਨੇ ਵੀ ਪਹਿਲਾਂ ਤੇਰੀ ਵਾਰੀ ਫਿਰ ਸਾਡੀ ਵਾਰੀ ਫਿਰ ਤੇਰੀ ਵਾਰੀ ਫਿਰ ਸਾਡੀ ਵਾਰੀ? ਤਾਂ ਇਸ ਕਰਕੇ ਆਪਾਂ ਨੂੰ ਇਹ ਸਾਰੀ ਗੱਲ ਸਮਝਣੀ ਚਾਹੀਦੀ ਹੈ। ਉਸੇ ਦਾ ਹੀ ਮੰਚ ਜਿਹੜਾ ਹੈਗਾ ਵੀ ਅਸੀਂ ਜੂਝ ਰਹੇ ਹਾਂ ਪਿਛਲੇ 70 ਸਾਲ ਤੋਂ, ਜਦੋਂ ਦੀ ਆਜ਼ਾਦੀ ਆਈ ਹੈਗੀ ਹੈ, ਅਤੇ ਸਾਨੂੰ ਇਸ ਜਾਲ 'ਚੋਂ ਨਿਕਲਣਾ ਚਾਹੀਦਾ। ਅਸੀਂ ਇਹਨਾਂ ਦੀ ਅਸਲੀਅਤ ਸਮਝੀ ਜਿਹੜੀ ਆਪਾਂ ਹੁਣ ਗੱਲ ਕੀਤੀ ਹੈ ਵੀ ਕੁਝ ਕੁ ਚਿਹਰੇ ਹੈਗੇ ਨੇ, ਕੁਝ ਘਰ ਹੈਗੇ ਨੇ ਅਤੇ ਕੋਈ ਸਾਜਿਸ਼ ਰਚ ਰਹੇ ਨੇ ਵੀ ਸਿਰਫ ਇਹ ਸਾਡੇ ਵਾਸਤੇ ਹੈਗਾ, ਤੁਹਾਡਾ ਕੰਮ ਨਹੀਂ ਹੈਗਾ। ਉਹ ਆਪਣੇ ਬੱਚਿਆਂ ਨੂੰ ਸੈੱਟ ਕਰਦੇ ਆ ਚਾਹੇ ਜੋ ਵੀ ਕਰਦੇ ਹੈਗੇ ਨੇ, ਤਾਂ ਫਿਰ ਅੱਗੋਂ ਜਵਾਬ ਦਿੰਦੇ ਵੀ ਜੇ ਡਾਕਟਰ ਦਾ ਪੁੱਤ ਡਾਕਟਰ ਬਣ ਸਕਦਾ ਤਾਂ ਸਾਡਾ ਪੁੱਤ ਕਿਉਂ ਨਹੀਂ ਬਣ ਸਕਦਾ? ਸਿਆਸਤ ਮਤਲਬ ਕਿ ਜਿਹੜੀ ਹੈਗੀ ਨਾ ਉਹ ਇਸ ਤਰ੍ਹਾਂ ਨਹੀਂ ਹੁੰਦੀ ਵੀ ਡਾਕਟਰ ਦਾ ਮੁੰਡਾ ਡਾਕਟਰ ਹੀ ਬਣਦਾ ਤਾਂ ਫਿਰ MBBS ਕਰਕੇ ਬੰਦਾ ਹੈਗਾ, ਹੈ ਨਾ, MD ਕਰਕੇ ਬੰਦਾ ਹੈਗਾ, ਕੋਈ ਨਾ ਕੋਈ ਟ੍ਰੇਨਿੰਗ ਕਰਕੇ ਬੰਦਾ ਹੈਗਾ। ਇਹ ਨਹੀਂ ਹੁੰਦਾ ਕਿ ਵੀ ਤੁਸੀਂ ਸਿਆਸਤ ਤੁਹਾਡੇ ਘਰ ਜੰਮ ਪਿਆ ਤੁਹਾਡਾ ਸਿਆਸਤ ਬਹੁਤ ਮਤਲਬ ਹੋ ਗਿਆ, ਫਿਰ ਤੁਸੀਂ ਉਹੀ ਗੱਲ ਕਰ ਰਹੇ ਹੋ ਵੀ ਬਾਬਨ ਦਾ ਪੁੱਤ ਬਾਬਨ ਅਤੇ ਫਿਰ ਜੋ ਮਰਜ਼ੀ ਉਹ ਕਰੀ ਜਾਵੇ, ਤਾਂ ਉਹੀ ਪ੍ਰਥਾ ਨੂੰ ਫਿਰ ਅਸੀਂ ਮਤਲਬ ਕਿ ਉਸ ਤਰੀਕੇ ਨਾਲ ਲੋਕਾਂ ਦੇ ਮਾਇੰਡ ਸੈਟ 'ਚ ਪਾਉਣ ਦੀ ਕੋਸ਼ਿਸ਼ ਕਰ ਰਹੇ ਹੈਗੇ। ਇਹ ਸਾਜਿਸ਼ ਸਮਝਣ ਦੀ ਲੋੜ ਹੈ ਅਤੇ ਮੰਚ ਜਿਹੜਾ ਹੈਗਾ ਉਸ ਜਿਹੜਾ ਜਾਲ ਬੁਣਿਆ ਜਾ ਰਿਹਾ ਉਹਨੂੰ ਤੋੜਨ ਦੀ ਲੋੜ ਹੈ, ਉਹਨੂੰ ਥੋੜ੍ਹਾ ਘੱਟ ਕਰਨ ਦੀ ਲੋੜ ਹੈ। ਹਾਂਜੀ, ਬਹੁਤ ਬਹੁਤ ਸ਼ੁਕਰੀਆ ਸਰ।
ਉਮੀਦ ਕਰਦੇ ਹਾਂ ਕਿ ਜਿੰਨੇ ਵੀ ਜੁਝਾਰੂ ਲੋਕ ਨੇ ਜੂਝਦਾ ਪੰਜਾਬ ਦੇ ਨਾਲ ਜੁੜਨਗੇ, ਇਸਦਾ ਹਿੱਸਾ ਬਣਨਗੇ, ਅਪਡੇਟ ਤੁਹਾਨੂੰ ਦਿੰਦੇ ਰਹਾਂਗੇ ਜੂਝਦਾ ਪੰਜਾਬ ਦੀ, ਇਸੇ ਪ੍ਰਕਾਰ ਜੁੜੇ ਰਹਾਂਗੇ ਇਹਨਾਂ ਦੇ ਮੰਚ ਦੇ ਨਾਲ ਵੀ ਅਤੇ ਗੱਲਾਂ ਬਾਤਾਂ ਵੀ ਲਗਾਤਾਰ ਦਿਨ ਪ੍ਰਤੀ ਦਿਨ ਹੁੰਦੀਆਂ ਰਹਿਣਗੀਆਂ। ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਸਾਡੇ ਨਾਲ ਅਤੇ ਦੇਖਦੇ ਰਹਿਣਾ ਵੋਇਸ ਆਫ ਪੰਜਾਬ ਟੀਵੀ।